ਕਿੱਦਾਂ ਦੋਸਤੋ ਹੋਪ ਕਰਦਾ ਤੋਂ ਸਾਰੇ ਵਧੀਆ ਹੋਗੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਸਿੱਧੂ ਮੂਸੇ ਵਾਲੇ ਬਾਈ ਦਾ ਜਨਵਰੀ ਚ ਰਿਲੀਜ਼ ਹੋਣਾ ਸੌਂਗ ਦੇ ਪੋਸਟਰ ਤੇ ਉਹਦੀ ਰਿਲੀਜ਼ ਡੇਟ ਤੇ ਉਹਦੇ ਟਾਈਟਲ ਦੇ ਬਾਰੇ ਤੇ ਸਭ ਨਾਲ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜਿਵੇਂ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਗਾਣੇ ਕਾਫੀ ਗੈਪ ਤੇ ਰਿਲੀਜ਼ ਕੀਤੇ ਜਾਂਦੇ ਨੇ ਇਸ ਚੀਜ਼ ਨਾਲ ਉਹਨਾਂ ਦੇ ਸਪੋਟੀਫਾਈ ਤੇ ਸੋਸ਼ਲ ਮੀਡੀਆ ਦੇ ਸਟੈਟਸ ਤੇ ਫਰਕ ਤਾਂ ਪੈ ਹੀ ਰਿਹਾ ਬਟ ਉਹਨਾਂ ਦੇ ਸਪੋਟੀਫਾਈ ਦੇ ਲਿਸਨਰ ਬਹੁਤ ਹੀ ਡਿਕਰੀਜ਼ ਹੋ ਰਹੇ ਨੇ ਤੇ ਸਿੱਧੂ ਮੂਸੇ ਵਾਲੇ ਬਾਈ ਦੇ ਫੈਨ ਪੇਜਸ ਨੇ ਚੈਲੰਜ ਸਟਾਰਟ ਕੀਤਾ ਹੈ ਜਿੰਦੇ ਅਕੋਰਡਿੰਗ ਕਿ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਨੂੰ ਜਾ ਕੇ ਡੇਲੀ ਸਪੋਟੀਫਾਈ ਤੇ ਸਟ੍ਰੀਮ ਕਰੋ ਤਾਂ ਕਿ ਉਹਨਾਂ ਦੇ ਸਟੈਟਸ ਇੰਪਰੂਵ ਹੋਣ ਤੇ ਉਹਨਾਂ ਦੇ ਮੰਥਲੀ ਲਿਸਨਰ ਦੁਬਾਰਾ ਆਦੀ ਅਸਲੀ ਹਾਲਤ ਤੇ ਆ ਜਾਣ ਰੁਕਣੇ ਦੇ ਬਾਅਦ ਵੀ ਮੈਂ ਰੈਸਟ ਇਨ ਪਾਵਰ ਆਨੀ ਆਮ ਨਹੀਂ ਹੋ ਜੁਸੇ ਜਿਹੜੇ ਹੁੰਦੇ ਸਾਲੇ ਰੇ ਫਿਰ ਆਪਾਂ ਗੱਲ ਕਰ ਲੈਂਦੇ ਸਿੱਧੂ ਮੂਸੇ ਵਾਲੇ ਬਾਈ ਦੀ 2024 ਡਰੇਕ ਨਾਲ ਕੋਲੈਬੋਰੇਸ਼ਨ ਦੀ ਪੋਸਿਬਿਲਿਟੀਜ਼ ਦੇ ਬਾਰੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਡਰੇਕ ਨੇ ਸਿੱਧੂ ਬਾਈ ਨੂੰ 2020 ਜੀ ਫਾਲੋ ਕਰ ਲਿਆ ਸੀ ਡਰੇਕ ਸਿੱਧੂ ਮੂਸੇ ਵਾਲੇ ਬਾਈ ਨੂੰ ਅਕਸਰ ਸੁਣਦਾ ਵੀ ਸਪੋਰਟ ਹੁੰਦਾ ਸੀ ਤੇ ਅਜੇ ਤੱਕਰ ਉਹਨਾਂ ਦੀ ਪੋਸਟਾਂ ਨੂੰ ਲਾਈਕ ਵੀ ਕਰਦਾ ਤੇ ਉਹਦੇ ਹਿਸਾਬ ਨਾਲ ਉਹਨਾਂ ਦੀ ਕੋਲੈਬੋਰੇਸ਼ਨ ਵੀ ਡਨ ਹੈ ਦਾ ਕਿਡ ਬਾਈ ਨੇ ਰੀਸੈਂਟਲੀ ਡਰੇਕ ਦੀ ਪੋਸਟ ਨੂੰ ਆਦੀ ਇੰਸਟਾਗ੍ਰam ਸਟੋਰੀ ਤੇ ਸ਼ੇਅਰ ਕੀਤਾ ਤੇ ਨਾਲ ਉਹਨਾਂ ਨੇ ਕੁਝ ਹਿੰਟਸ ਦਿੱਤੇ ਨੇ ਕਿ ਡਰੇਕ ਤੇ ਸਿੱਧੂ ਮੂਸੇ ਵਾਲੇ ਬਾਈ ਦੇ ਸੌਂਗ ਦੀ ਪੋਸਿਬਿਲਿਟੀਜ਼ ਹੈਗੀਆਂ ਨੇ ਤੇ ਹੋ ਸਕਦਾ ਉਹ ਸੌਂਗ 2024 ਜੀ ਰਿਲੀਜ਼ ਕੀਤਾ ਜਾਏ ਹੁਣ ਕਾਲਿਆਂ ਡਰੇਕ ਨਾਲ ਆਈ ਡੋਨਟ ਗਿਵ ਅ ਫੱਕ ਲੈ ਕੇ ਪੌਂਕ ਦੇ ਟਵੀਟਾਂ ਵਿੱਚ ਫਿਰ ਆਪਾਂ ਡਰੇਕ ਦੀ ਗੱਲ ਕਰ ਰਹੇ ਹਾਂ ਤੇ ਕਰਨ ਔਜਲਾ ਬਾਈ ਦੀ ਤੇ ਡਰੇਕ ਦੀ ਵੀ ਗੱਲ ਕਰ ਲੈਣੇ ਤੇ ਜਿਵੇਂ ਕਿ ਕਰਨ ਔਜਲਾ ਬਾਈ ਸਟੇਕ ਦੇ ਬ੍ਰਾਂਡ ਐਂਬੈਸਡਰ ਨੇ ਤੇ ਫਾਰਮੂਲਾ 1 ਰੇਸਿੰਗ ਦੀ ਵੀ ਕਾਫੀ ਪ੍ਰੋਮੋਸ਼ਨਸ ਕਰਦੇ ਰਹਿੰਦੇ ਨੇ ਉਹਨਾਂ ਨੇ ਆਦੀ ਡਰਾਈਵ ਮੀ ਸੌਂਗ ਦੇ ਵਿੱਚ ਪੂਰੀ ਥੀਮ ਹੀ ਸਟੇਕ ਤੇ F1 ਵਾਲਿਆਂ ਦੀ ਰੱਖੀ ਸੀ ਤੇ ਉਹ ਵੀ ਰੀਸੈਂਟਲੀ ਕਰਨ ਔਜਲਾ ਬਾਈ ਨੇ ਸਟੇਕ ਦੀ ਇੱਕ ਪੋਸਟ ਵੀ ਸ਼ੇਅਰ ਕੀਤਾ ਸੀ ਆਦੀ ਇੰਸਟਾਗ੍ਰam ਸਟੋਰੀ ਤੇ ਜਿੱਥੇ ਡਰੇਕ ਨਜ਼ਰ ਆ ਰਿਹਾ ਸੀ ਆਪਾਂ ਨੂੰ ਤੇ 5 ਫਰਵਰੀ 2024 ਚ F1 ਰੇਸ ਵੀ ਹੋਣੀ ਜਿੱਥੇ ਡਰੇਕ ਵੀ ਆਏਗਾ ਤੇ ਕਰਨ ਔਜਲਾ ਬਾਈ ਵੀ ਐਜ਼ ਐਨ ਐਂਬੈਸਡਰ ਉੱਥੇ ਜਾਣਗੇ ਤੇ ਹੋ ਸਕਦਾ ਹੈ ਕਿ ਦੋਨੋਂ ਉੱਥੇ ਇੱਕ ਦੂਜੇ ਨੂੰ ਮੀਟ ਕਰਨ ਤੇ ਆਪਾਂ ਨੂੰ ਫਿਊਚਰ ਵਿੱਚ ਉਹਨਾਂ ਦੀ ਇੱਕ ਪੋਸਟਾਂ ਸਟੋਰੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਇਹਨੂੰ ਕੰਪੇਅਰ ਕਰਨ ਦਾ ਤਾਂ ਕਿਸੇ ਮਤਲਬ ਨਹੀਂ ਹੈਗਾ ਕਿ ਸਿੱਧੂ ਬਾਈ ਨੂੰ 2020 ਚ ਡਰੇਕ ਨੇ ਫਾਲੋ ਕਰ ਲਿਆ ਸੋ ਲੈਟਸ ਸੀ 5 ਫਰਵਰੀ ਨੂੰ ਉਹਨਾਂ ਦੋਨਾਂ ਦਾ ਮੀਟ ਅਪ ਹੁੰਦਾ ਹੈ ਕਿ ਨਹੀਂ ਤੇ ਬੰਬੂ ਮਾਰ ਫੇਲਿਆ ਡਰੇਕ ਫਿਰ ਫਾਈਨਲੀ ਆਪਾਂ ਦੇ ਟੌਪਿਕ ਤੇ ਆਣਾ ਜਿੰਦੇ ਮੁਤਾਬਕ ਸਿੱਧੂ ਮੂਸੇ ਵਾਲੇ ਬਾਈ ਦਾ ਜੋ ਜਨਵਰੀ ਚ ਰਿਲੀਜ਼ ਸੌਂਗ ਆਉਣਾ ਹੈ ਉਹਦੇ ਬਾਰੇ ਫੈਨ ਪੇਜਸ ਤੇ ਬਹੁਤ ਹੀ ਵੱਡੇ ਹਿੰਟ ਦਿੱਤੇ ਜਾ ਰਹੇ ਨੇ ਕਿਤੇ ਸਕੈਰੀ ਆਰਸ ਦੀ ਸਟੋਰੀਜ਼ ਲੱਗ ਰਹੀਆਂ ਨੇ ਤੇ ਕਿਤੇ ਸੌਂਗ ਲੋਡਿੰਗ ਤੇ ਇਸ ਟਾਈਪ ਦੀ ਸਿਮਿਲਰ ਸਟੋਰੀਜ਼ ਵੇਖਣ ਨੂੰ ਮਿਲ ਰਹੀਆਂ ਨੇ ਓਵੇਂ ਸਿੱਧੂ ਮੂਸੇ ਵਾਲੇ ਬਾਈ ਦੇ ਵੱਡੇ ਦੋ ਫੈਨ ਪੇਜਸ ਤੇ ਟੀਮ ਮੂਸਾ ਦੇ ਵੀ ਇੰਸਟਾਗ੍ਰam ਪੇਜ ਨੇ ਇੱਕ ਪੋਸਟ ਸ਼ੇਅਰ ਕੀਤੀ ਜਿੰਦੇ ਸਿੱਧੂ ਮੂਸੇ ਵਾਲੇ ਬਾਈ ਦੇ ਨਾਲ ਆਪਾਂ ਨੂੰ ਸੌਂਗ ਲਿਖਿਆ ਨਜ਼ਰ ਆਉਂਦਾ ਹੈ ਸਿੱਧੂ ਮੂਸੇ ਵਾਲੇ ਬਾਈ ਦੇ ਇੱਕ ਹੋਰ ਵੱਡੇ ਫੈਨ ਪੇਜ ਨੇ ਤਾਂ ਇਹ ਵੀ ਹਿੰਟ ਦਿੱਤਾ ਕਿ ਇੱਕ ਬੰਦਾ ਜਿਹੜਾ ਸਿੱਧੂ ਮੂਸੇ ਵਾਲੇ ਬਾਈ ਨੂੰ ਹਮੇਸ਼ਾ ਸਪੋਰਟ ਕਰਦਾ ਹੈ ਉਹਦੇ ਲਈ ਇੱਕ ਸਰਪ੍ਰਾਈਜ਼ ਔਨ ਦਾ ਵੇ ਹੈਗਾ ਸਿੱਧੂ ਮੂਸੇ ਵਾਲੇ ਬਾਈ ਨੂੰ ਸਪੋਰਟ ਤਾਂ ਬੜਾ ਹੀ ਕਰਦੇ ਨੇ ਪਰ ਪਤਾ ਨਹੀਂ ਇਹ ਸਰਪ੍ਰਾਈਜ਼ ਕਿੰਦੇ ਵਾਸਤੇ ਸੋ ਇੱਕ ਦੋ ਦਿਨ ਤੱਕ ਆਪਾਂ ਨੂੰ ਪੋਸਟਰ ਵੇਖਣ ਨੂੰ ਮਿਲ ਜਾਏਗਾ ਉਹਦੇ ਨਾਲ ਹੀ ਆਪਾਂ ਨੂੰ ਟਾਈਟਲ ਤੇ ਐਕਸਪੈਕਟਡ ਰਿਲੀਜ਼ ਡੇਟ ਵੀ ਪਤਾ ਲੱਗ ਜਾਏਗੀ ਲੋ ਪੜਾਕਾ ਇੱਕ ਹੋਰ ਤਿਆਰ ਹੈ ਜੀ ਪੋਸਟਰ ਪਾਵਾਂਗੇ ਪੋਸਟਰ ਉਹਦੀ इंस्टाग्राम का लिंक डिस्क्रिप्शन है जय मिलने आपा किसी नेक्स्ट वीडियो तद तक लव यू गाइस।